ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ 'ਚ ਤਿੰਨ ਨੌਜਵਾਨਾਂ ਵੱਲੋਂ ਪੋਤੇ ਦੇ ਦੋਸਤ ਘਰ ਬੇਟਾ ਹੋਣ ਦੀ ਖੁਸ਼ੀ 'ਚ ਮਠਿਆਈ ਦੇਣ ਬਹਾਨੇ ਘਰ 'ਚ ਦਾਖਲ ਹੋ ਕੇ ਗਨ ਪੁਆਇੰਟ 'ਤੇ ਰੱਖ 85 ਸਾਲਾਂ ਦਾਦੀ ਕੋਲੋਂ 6 ਲੱਖ ਰੁਪਏ ਦੀ ਨਕਦੀ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰੇ ਜਾਂਦੇ ਸਮੇਂ ਘਰ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਕਮਰੇ 'ਚ ਬੰਦ ਕਰਕੇ 4 ਮੋਬਾਈਲ ਵੀ ਆਪਣੇ ਨਾਲ ਲੈ ਗਏ। ਜਾਣਕਾਰੀ ਮੁਤਾਬਿਕ ਬਜ਼ੁਰਗ ਔਰਤ ਅੰਬਾਲਾ ਦੀ ਰਹਿਣ ਵਾਲੀ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਆਪਣੇ ਬੇਟੇ ਦੇ ਕੋਲ ਰਹਿਣ ਆਈ ਸੀ। ਬੈਲ ਵੱਜੀ ਪਹਿਲਾਂ, ਫਿਰ ਮੈਂ ਗੇਟ ਖੋਲ੍ਹਿਆ, ਫਿਰ ਉਹਨਾਂ ਡੱਬਾ ਫੜਾਇਆ, ਕਹਿੰਦੇ ਦੋਸਤ ਦੇ ਮੁੰਡਾ ਹੋਇਆ। ਬਾਅਦ 'ਚ ਉਹਨਾਂ ਨੇ ਪਾਣੀ ਮੰਗਿਆ, ਮੈਂ ਕਿਹਾ ਪਾਣੀ ਠੰਡਾ ਕਿ ਦੂਸਰਾ, ਕਹਿੰਦੇ ਜਿੱਦਾਂ ਦਾ ਮਰਜ਼ੀ ਦੇ ਦਿਓ। ਜਿਸ ਨੇ ਪਾਣੀ ਲੈਣ ਆਇਆ ਉਹ ਮਗਰ ਹੀ ਮੇਰੇ ਆ ਗਏ ਤਿੰਨੇ ਜਣੇ। ਆ ਕੇ ਉਹਨਾਂ ਨੇ ਘਰਦਿਆਂ ਨੇ ਮੇਰੇ ਨੂੰ ਕਿਹਾ ਚਲੋ ਅੰਦਰ ਗੱਲ ਕਰਨੀ ਹੈ। ਮੈਂ ਕਿਹਾ ਕੀ ਗੱਲ ਕਰਨੀ? ਕਹਿੰਦਾ ਕੋਈ ਨਹੀਂ, ਦੱਸਦੇ ਹਾਂ, ਚੁੱਪ ਕਰ। ਅੰਦਰ ਆ ਕੇ ਉਹਨਾਂ ਨੇ ਬੂਹਾ ਬੰਦ ਕੀਤਾ ਅਤੇ ਮੈਨੂੰ ਪਸਤੌਲ ਦਿਖਾਈ, ਮੈਨੂੰ ਕਹਿੰਦੇ ਕੁਰਸੀ 'ਤੇ ਬਹਿ ਜਾਓ ਦੋਨੇ ਜਣੇ। ਅਸੀਂ ਬਹਿ ਗਏ। ਕਹਿੰਦੇ ਮਾਤਾ ਜੀ ਨੂੰ ਵੀ ਪਸਤੌਲ ਦਿਖਾਈ ਉਹ ਮੁੰਡੇ ਨੇ ਇੱਕ ਨੇ। ਕਹਿੰਦਾ ਥੱਲੇ ਕੀ ਆ, ਬੈਗ ਥੱਲੇ ਕੀ ਆ ਤੇਰੇ ਕੋਲ? ਇਹ ਕਹਿੰਦੇ ਕੀ ਲੈਣਾ? ਕਹਿੰਦਾ ਚੁੱਪ ਕਰਕੇ ਬਹਿ ਦਿੰਦੇ ਤਾਂ ਗੋਲੀ ਮਾਰ ਦਿਆਂਗੇ। ਉਹਨੇ ਬੈਗ ਕੱਢਿਆ, ਸਾਰੇ ਕੱਪੜੇ ਖਿਲਾਰ ਤੇ, ਕੱਪੜੇ ਖਿਲਾਉਣ ਤੋਂ ਬਾਅਦ ਥੱਲੇ ਲਿਫਾਫਾ ਸੀ ਪੈਸਿਆਂ ਦਾ, ਉਹ ਲੈ ਗਿਆ। ਅਤੇ ਜਾਣ ਵੇਲੇ ਫਿਰ ਕਹਿੰਦਾ ਮੋਬਾਇਲ ਕਿੱਥੇ ਆ? ਮੈਂ ਕਿਹਾ ਮੇਰੇ ਕੋਲ ਤਾਂ ਹੈ ਨਹੀਂ, ਇੱਕ ਮੋਬਾਇਲ ਮਾਤਾ ਜੀ ਦਾ ਪਿਆ ਸੀ, ਉਹ ਲੈ ਗਿਆ। ਉਹ ਲੈ ਗਿਆ ਮੋਬਾਇਲ। ਫਿਰ ਮੈਨੂੰ ਕਹਿੰਦਾ ਬਾਕੀ ਕਿੱਥੇ? ਮੈਂ ਕਿਹਾ ਬਾਕੀ ਹੈ ਨਹੀਂ, ਬਾਕੀ ਸਾਡੇ ਉੱਧਰ ਪਰਲੇ ਕਮਰੇ 'ਚ ਪਏ ਸੀ। ਜਾਣ ਵੇਲੇ ਦਰਵਾਜ਼ਾ ਬੰਦ ਕਰਕੇ ਪਿੱਛੇ ਦਾ ਆਪ ਨਿਕਲ ਗਿਆ, ਫਿਰ ਮੈਂ ਬੜੀ ਮੁਸ਼ਕਲ ਨਾਲ ਦਰਵਾਜ਼ਾ ਖੋਲ੍ਹਿਆ। ਉੱਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਸਾਰੇ ਤੱਥਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਕਿਸੇ ਜਾਣ ਪਛਾਣ ਵਾਲਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਵੀ ਜਤਾਇਆ। ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ 4 ਵਜੇ ਗਲੀ ਨੰਬਰ 10 ਸ਼ਿਮਲਾਪੁਰੀ ਘਰ ਦੇ ਵਿੱਚ ਕੁਛ ਕੈਸ਼ ਚੋਰੀ ਹੋਇਆ। ਉਹਦੇ ਸੰਬੰਧ 'ਚ ਅਸੀਂ ਮੌਕੇ 'ਤੇ ਆਏ ਹਾਂ। ਇੱਥੇ ਆ ਕੇ ਪਤਾ ਲੱਗਿਆ ਵੀ ਇੱਕ ਜਗਨਨਾਥ ਜੀ ਦਾ ਮਕਾਨ ਹੈ, ਉਹਨਾਂ ਦੀ ਬਿਰਧ ਮਾਤਾ ਇੱਥੇ ਰਹਿੰਦੀ ਆ ਆਪਣੇ ਉਹਨਾਂ ਦੇ ਨਾਲ ਹੀ। ਉਹਨਾਂ ਕੋਲ ਤਕਰੀਬ 8 ਮਹੀਨੇ ਤੋਂ ਰਹਿ ਰਹੀ ਹੈ। ਪਹਿਲਾਂ ਜਨਤਾ ਨਗਰ ਰਹਿੰਦੀ ਸੀ, ਪਹਿਲਾਂ ਉਹ ਰਹਿੰਦੀ ਸੀਗੀ ਅੰਬਾਲੇ, ਹੁਣ ਬਿਮਾਰ ਹੋਣ ਕਰਕੇ ਇਹਨਾਂ ਕੋਲ ਰਹਿੰਦੀ ਆ। ਅਤੇ ਅੱਜ 3 ਵਜੇ ਕੋਈ 3 ਲੜਕੇ ਆਏ ਨੇ ਜਿਨ੍ਹਾਂ ਨੇ ਉਹਦੇ ਜਗਨਨਾਥ ਦੇ ਲੜਕੇ ਪ੍ਰਿੰਸ ਬਾਰੇ ਪੁੱਛਿਆ। ਉਹ ਪ੍ਰਿੰਸ ਆਪਣੀ ਜੋਬ 'ਤੇ ਗਿਆ ਹੋਇਆ ਸੀ। ਇਹਨਾਂ ਨੇ ਕਿਹਾ, ਲੜਕਿਆਂ ਨੇ ਕਿਹਾ ਵੀ ਅਸੀਂ ਇਹਦੇ ਦੋਸਤ ਹਾਂ ਅਤੇ ਉਹਦੇ ਇੱਕ ਦੋਸਤ ਦੇ ਲੜਕਾ ਹੋਇਆ ਸੀ, ਤੁਹਾਨੂੰ ਡੱਬਾ ਦੇਣ ਵਾਸਤੇ ਆਏ ਹਾਂ। ਉਹਨਾਂ ਨੇ ਉਹ ਡੱਬਾ ਫੜਾਇਆ ਅਤੇ ਨਾਲ ਹੀ ਕਹਿੰਦੇ ਸਾਨੂੰ ਪਾਣੀ ਪਿਲਾ ਦਿਓ। ਅਤੇ ਜਦੋਂ ਉਹਦਾ ਡੈਡੀ ਪਾਣੀ ਲੈਣ ਵਾਸਤੇ ਗਿਆ, ਨਾਲ ਹੀ 3 ਅੰਦਰ ਆ ਗਏ। ਤਿੰਨਾਂ ਨੇ ਫਿਰ ਇਹਨਾਂ ਨੂੰ ਪਿਛਲੇ ਕਮਰੇ 'ਚ ਬਿਠਾ ਕੇ ਉੱਥੇ ਪਿਸਟਲ ਕੱਢ ਕੇ ਇਹਨੂੰ ਕਹਿੰਦਾ ਵੀ ਤੁਸੀਂ ਜੋ ਵੀ ਹੈਗਾ ਸਾਨੂੰ ਦੇ ਦਿਓ ਕੱਢ ਕੇ। ਅਤੇ ਉਹਨਾਂ ਦੀ ਮਾਤਾ ਜਿਹੜੀ ਆ, ਉਹਨਾਂ ਨੇ ਕੱਪੜੇ ਵਾਲੇ ਬੈਗ ਦੇ ਵਿੱਚ ਕੁਛ ਕੈਸ਼ ਸੀਗਾ ਜਿਹੜਾ ਕਿ ਉਹਨੂੰ ਪਤਾ ਸੀ ਜਾਂ ਇਹਦੇ ਘਰ ਦੇ ਮੈਂਬਰਾਂ ਨੂੰ ਪਤਾ ਸੀ। ਉਹਨਾਂ ਨੇ ਉਹਦੇ ਵਿੱਚੋਂ ਕੈਸ਼ ਵਾਲਾ ਜਿਹੜਾ ਲਿਫਾਫਾ ਅਤੇ 4 ਇਹਨਾਂ ਦੇ ਮੋਬਾਈਲ ਕੱਢ ਕੇ ਅਤੇ ਮੌਕਾ ਤੋਂ ਫਰਾਰ ਹੋ ਗਏ ਆ। ਇਹਦੇ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ। ਅਤੇ ਇਹ ਜਿਹੜਾ ਮਾਮਲਾ ਕਿਸੇ ਨੋਨ ਪਰਸਨ ਵੱਲੋਂ ਕੀਤਾ ਹੋਇਆ ਲੱਗਦਾ, ਕਿਉਂਕਿ ਜਿਹੜੀ ਉਹਨੂੰ ਪੂਰੀ ਇਨਫੋਰਮੇਸ਼ਨ ਸੀ ਵੀ ਬੈਗ ਦੇ ਵਿੱਚ ਕੈਸ਼ ਪਿਆ। ਸਾਰੀ ਅਸੀਂ ਇਨਵੈਸਟੀਗੇਸ਼ਨ ਕਰਕੇ ਜਲਦੀ ਦੋਸ਼ੀਆਂ ਨੂੰ ਫੜਾਂਗੇ। ਸਾਂਝ ਟੀਵੀ ਲਈ ਲੁਧਿਆਣਾ ਤੋਂ ਸੁਰਿੰਦਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।